ਸਰ ਕਿੱਥੇ ਜਾਣਾ ਚਾਹੀਦਾ ਅਗਰ ਸਹੇਲੀ ਨੂੰ ਲੈ ਕੇ ਜਾਣਾ ਹੋਵੇ ਤੇ? ਕਪਿਲ ਸ਼ਰਮਾ ਇਨ ਦਾ ਹਾਊਸ। ਸਮਾਜ 'ਚ ਪਾਈਆਂ ਜਾਂਦੀਆਂ ਤਿੰਨ ਪ੍ਰਜਾਤੀਆਂ। ਪਹਿਲੀ ਪ੍ਰਜਾਤੀ ਹੈ ਵਿਆਹੇ ਲੋਕ, ਦੂਸਰੀ ਪ੍ਰਜਾਤੀ ਹੈ ਜਿਹੜੇ ਡੇਟ ਕਰ ਰਹੇ ਆ, ਤੀਸਰੀ ਪ੍ਰਜਾਤੀ ਹੈ ਜਿਹੜੇ ਸਿੰਗਲ ਆ। ਹਾਂ ਇੱਦਾਂ ਹੱਸਣਾ ਤਾਂ ਮੈਡਮ ਹੱਸਣਾ। ਅੱਜ ਪਤਾ ਕਰ ਲੈਂਦੇ ਮੇਰੇ ਸ਼ੋਅ 'ਤੇ ਕਿਹੜੀ ਕਿਹੜੀ ਪ੍ਰਜਾਤੀ ਆਈ ਹੈ। ਵਿਆਹ ਵਾਲੇ ਕਿੰਨੇ ਆ? ਵਿਆਹ ਵਾਲੇ ਵਿਆਹ ਵਾਲੇ ਡੇਟ ਕਰ ਰਹੇ ਜਿਹੜੇ ਉਹ ਵਿਚਕਾਰ ਵਾਲੇ ਸਿੰਗਲ ਸਿੰਗਲਸ ਗਿਵ ਮੀ ਯੈਸ। ਇਹਨਾਂ ਦਾ ਦਰਦ ਵੱਖਰਾ ਦਿਖਣ ਡਿਆ। ਸਿੰਗਲ ਨੂੰ ਗਿਵ ਮੀ ਯੈਸ ਯੈਸ। ਵਿਆਹ ਵਾਲੇ ਆਪਣੇ ਹਮਸਫ਼ਰ ਨੂੰ ਨਾਲ ਲੈ ਕੇ ਆਏ ਆ, ਡੇਟਿੰਗ ਵਾਲੇ ਆਪਣੀ ਡੇਟ ਵਾਲੇ ਨਾਲ ਲੈ ਕੇ ਆਏ, ਇਹ ਉਮੀਦ ਲੈ ਕੇ ਆਏ। ਬਟ ਆਪਾਂ ਸਿੰਗਲਸ ਅਤੇ ਡੇਟ ਵਾਲਿਆਂ ਨਾਲ ਗੱਲਾਂ ਕਰਾਂਗੇ, ਵਿਆਹ ਵਾਲਿਆਂ ਨਾਲ ਅਫਸੋਸ ਕਰਾਂਗੇ। ਆਪ ਸਿੰਗਲ ਕਮਿਟ ਕਿਸ ਕੇ ਸਾਥ? ਅੱਛਾ ਉਹ ਗੁੜਗਾਉਂ ਮੈਂ ਸਹੀ ਚੱਲ ਰਿਹਾ ਉਹ ਹੈ ਕਮਿਟ। ਹਾਂ ਮੈਂ ਕਮਿਟ ਹੂੰ। ਉਹ ਕਹਾਂ ਹੈ? ਉਹ ਬੈਂਗਲੋਰ ਮੈਂ। ਵੈਰੀ ਗੁੱਡ। ਕਿੰਨਾ ਟਾਈਮ ਹੋ ਗਿਆ ਰਿਲੇਸ਼ਨ? ਦੋ ਮਹੀਨੇ। ਕਿਉਂ ਹੱਸ ਰਹੇ ਹਾਂ ਲੋਕ ਮੇਰੇ ਕੋਲ ਨਹੀਂ ਪਤਾ, ਬਟ ਐਕਸਪੀਰੀਅੰਸ ਹੈ। ਹੋ ਗਿਆ ਪਿਆਰ ਕਿ ਨਹੀਂ ਹੋ ਗਿਆ? ਮਿਡ ਸਟੇਜ ਪੇ। ਇਹ ਸਟੱਡੀ ਕਿੱਥੋਂ ਕੀਤੀ ਹੈ ਕਿ ਇਹ ਵਾਲੀ ਸਟੇਜ ਚੱਲ ਰਹੀ? ਕਿਹੜੀ ਸਟੇਜ ਚੱਲ ਰਹੀ ਹੈ ਜੇ? ਲਾਈਕ ਵਾਲੀ ਚੱਲ ਰਹੀ ਹੈ, ਫਿਰ ਕਮੈਂਟ ਵਾਲੀ ਆਏਗੀ। ਫਿਰ ਸ਼ੇਅਰ ਵਾਲੀ। ਓ ਯਾਰ ਸਹੀ, ਆਲ ਦੀ ਵੈਰੀ ਬੈਸਟ। ਹੋਰ ਕੌਣ ਸੀ ਸਿੰਗਲ? ਅੱਛਾ ਵਿਆਹੇ ਲੋਕ ਕਿਹੜੇ ਕਿਹੜੇ? ਤੁਸੀਂ ਵਿਆਹੇ ਹੋ? ਤੁਸੀਂ ਹੋਰ ਕਿਹੜੇ ਕਿਹੜੇ ਵਿਆਹੇ ਦੱਸ ਦਿਓ, ਪ੍ਰਾਊਡ ਨਹੀਂ ਨਾ ਹੈਗਾ? ਵਿਆਹ ਕਰਾਉਣਾ ਚਾਹੀਦਾ ਹੈ ਨਾ? ਲਵ ਅਰੇਂਜ? ਲਵ, ਵੈਰੀ ਗੁੱਡ, ਟਰੂ ਲਵ। ਕਿੰਨੇ ਸਾਲ ਡੇਟ ਕੀਤਾ ਤੁਸੀਂ? ਮੰਥ? ਇੰਨੀ ਫਾਸਟ ਡਿਸੀਜਨ, ਸਹੀ ਗੱਲ ਹੈ। ਕੋਈ ਐਡਵਾਈਸ ਦੇਣਾ ਚਾਹੁੰਦੇ ਹੋ ਸਿੰਗਲ ਲੋਕਾਂ ਨੂੰ? ਜਿਹਦਾ ਬੇੜਾ ਗਰਕ ਹੋਵੇ ਕਹਿੰਦਾ ਸਾਰਿਆਂ ਦਾ ਕਰੋ। ਸਭ ਤੋਂ ਇੰਪੋਰਟੈਂਟ ਚੀਜ਼ ਅੱਜ ਕੱਲ੍ਹ ਹੋਈ ਪਈ ਹੈ ਮੋਬਾਈਲ, ਰਾਈਟ ਨਾ? ਮੋਬਾਈਲ ਤੋਂ ਬਿਨਾਂ ਲਾਈਫ ਹੀ ਨਹੀਂ ਹੈ। ਮੈਂ ਕਹਿੰਦਾ ਮੋਬਾਈਲ ਤੋਂ ਉੱਪਰ ਇੱਕ ਚੀਜ਼ ਹੈ, ਉਹ ਹੈ ਐਪਲੀਕੇਸ਼ਨਸ। ਅਗਰ ਐਪਲੀਕੇਸ਼ਨ ਨਹੀਂ ਹੈ ਤਾਂ ਮੋਬਾਈਲ ਖਤਮ ਹੈ। ਇੰਨੀਆਂ ਵਾਹਿਆਤ ਐਪਲੀਕੇਸ਼ਨ ਆ ਗਈਆਂ, ਹਰ ਤਰ੍ਹਾਂ ਦੀ ਐਪਲੀਕੇਸ਼ਨ ਹੈ। ਤੁਸੀਂ ਉਹ ਦੇਖਿਆ ਕਿ ਅੱਜ ਕੱਲ੍ਹ ਲੋਕ ਪਾਣੀ ਪੀਣ ਦਾ ਲਾਮ ਲਾਉਂਦੇ, ਮੋਬਾਈਲ ਦੱਸ ਰਿਹਾ ਕਿ ਤੇਰੇ ਪਾਣੀ ਪੀਣ ਦਾ ਟਾਈਮ ਹੋ ਗਿਆ। ਥੋੜ੍ਹਾ ਟਾਈਮ ਰੁਕ ਜਾਓ, ਟੈਕਨੋਲੋਜੀ ਅੱਗੇ ਲੰਘ ਗਈ ਨਾ, ਜਦੋਂ ਟਾਈਮ ਹੋਣਾ ਟੂਟੀ ਬਾਹਰ ਆ ਜਾ ਕਰ। ਹੈਨਾ? ਡੇਟ ਡੇਟ ਡੇਟਿੰਗ ਐਪ ਆ ਗਈਆਂ ਨੇ ਕਿੰਨੀਆਂ, ਪਤਾ ਕਿਸੇ ਨੂੰ? ਬੈਸਟ ਡੇਟਿੰਗ ਐਪ ਕੌਣ ਕਿਹੜੀ ਹੈ, ਕੋਈ ਆਈਡੀਆ? ਮੇਰਾ ਦੋਸਤ ਹੈ ਯਾਰ, ਤੁਹਾਡਾ ਸਾਰਿਆਂ ਦਾ ਇੱਕ ਦੋਸਤ ਜ਼ਰੂਰ ਹੋਏਗਾ ਜਿਹਦੇ ਮੋਬਾਈਲ 'ਤੇ ਨਾ ਇਹ ਵਾਲਾ ਨਿਸ਼ਾਨ ਬਣਿਆ ਹੋਇਆ ਪਰਮਾਨੈਂਟਲੀ। ਪੂਰੀ ਸਕਰੀਨ ਦੇਖੋਗੇ ਇੱਕ ਲਾਈਨ ਇਸ ਤਰ੍ਹਾਂ ਬਣੀ ਹੋਈ ਹੈ, ਸਮਝ ਆਓ ਉਹ ਇਹੀ ਨੇ ਭਾਈ ਸਾਹਿਬ। ਉਹਨਾਂ ਦਾ ਨਹੀਂ ਆ ਰਿਹਾ ਟਿੰਡਰ 'ਤੇ ਮੈਚ, ਤੁਹਾਡਾ ਇੱਕ ਦੋਸਤ ਹੋਏਗਾ ਜਿਹਦੇ 'ਤੇ ਇਹ ਵਾਲਾ ਨਿਸ਼ਾਨ ਬਣਿਆ ਹੋਏਗਾ ਸਕਰੀਨ 'ਤੇ। ਥੈਂਕ ਯੂ ਸੋ ਮਚ, ਕਲੀਅਰ ਕਰਤਾ ਤੁਸੀਂ। ਬਟ ਮੈਰਿਡ ਬੰਦੇ ਨੂੰ ਨਹੀਂ ਇਹ ਚੀਜ਼ਾਂ ਦੱਸਣੀਆਂ ਚਾਹੀਦੀਆਂ, ਹੁਣ ਇਹ ਤਾਂ ਬਿਲਕੁਲ ਨਹੀਂ ਦੱਸਣੀ ਚਾਹੀਦੀ। ਤੁਹਾਡਾ ਦੋਸਤ ਹੈ ਉਹਦੇ ਮੋਬਾਈਲ 'ਤੇ ਨਾ ਉੱਪਰ ਨੂੰ ਇਸ ਤਰ੍ਹਾਂ ਲਾਈਨ ਵੱਜੀ ਹੋਈ, ਇਹਦਾ ਮਤਲਬ ਉਹ ਰੀਲਾਂ ਦੇਖਦਾ। ਮੇਰਾ ਇੱਕ ਦੋਸਤ ਹੈ ਉਹਦੀ ਸਕਰੀਨ 'ਤੇ ਪਲੱਸ ਦਾ ਨਿਸ਼ਾਨ ਬਣਿਆ ਹੋਇਆ, ਮੈਂ ਕਿਹਾ ਕੀ ਕਹਿੰਦਾ? ਸਵੇਰੇ ਰੀਲਾਂ ਦੇਖਦੇ ਰਾਤੀ ਰਾਈਟ ਸਾਹਿਬ ਚਲਾ। ਉਹ ਬਹੁਤ ਜ਼ਿਆਦਾ ਕਰੇਜ਼ੀ। ਉਹਦੇ ਦੋ ਹੀ ਸੁਪਨੇ ਆ ਜੋ ਐਵਰੇਜ ਸਾਰੇ ਪੰਜਾਬੀਆਂ ਦੇ, ਪਹਿਲਾ ਮੈਚ ਆ ਜੇ, ਦੂਸਰਾ ਕਨੇਡਾ ਜਾਣਾ। ਨਾ ਉਹਦਾ ਮੈਚ ਆ ਰਿਹਾ, ਨਾ ਉਹ ਕਨੇਡਾ ਜਾ ਰਿਹਾ, ਉਹ ਲੱਗਾ ਹੋਇਆ ਪਾਗਲਾਂ ਵਾਂਗੂ ਰਾਈਟ ਸਾਈਡ।
एक दिन इन्हें स्वाइप कर ले, सीरी ने कहा था अग लाएगा फोन नू हुण मैच नहीं आ रहा। उन्हें टिंडर वाले नू मेल की है कि मैच क्यों नहीं आ रहा, दिक्कत कितने है। उन्होंने कहा अपनी प्रोफाइल की फोटो खिंच के भेज। उन्हें स्क्रीन शॉट भेजे, उन्होंने वापस स्क्रीन शॉट भेजता, सब्जेक्ट च लिखा है दिक्कत। यही है कहते मेन दिक्कत। बट रॉबिन का कोई सुन नहीं रहा। हमारे पंजाबियों की यही दिक्कत है ना, चाचे मामे के मुंडे बाहर चल गए, बाहर जाके बुला ही नहीं रहे है ना। इधर यार दोस्तों कह रहे सैटिंग करा दे, करा ही नहीं रहा। पर ना वो थोड़ा जहा कूल बन गया। रॉबिन का असली ना रतिंदर सिंह मम्मी, रॉबिन बड़ा ज्यादा कूल बन चुका है। राइट साइड चल रहे सारा कुछ, पर मैच नहीं आ रहा, ना ही उन्होंने कोई बाहर लेके जा रहा। तुम्हें पता बाहर जाने वास्ते सब तो इंपॉर्टेंट चीज की होंगी है, वीजा, आयल्स जी को देनी, और पासपोर्ट सब तो जरूरी है। बिना पासपोर्ट तो बाहर नहीं जाया जाता। अं पासपोर्ट की खुशी मना लग पे, पासपोर्ट आए का लड्डू वंट देने हूँ तो भरा बाहर चला। तीन पासपोर्ट एक्सपायर हो बाहर नहीं जाया जाता। रॉबिन का सेम है। पर ना टिंडर, टिंडर तुम ऐप सुने, टिंडर ने एक नवी चीज़ कही है पासपोर्ट। वो इंडिया बैठ के अगर तुम पासपोर्ट लेंदे हो कि भी बाहर अपना हम सफर लभ सकते हो। सब तो ज़्यादा खुशी हुई रॉबिन नू। रॉबिन भाई साहब लगा हो ऐप से सब। अचानक परमात्मा ने उसकी सुनी, उन्होंने मैच आया बारों। पहले उन्हें कनेडा चूज किया ना, जो कि उत्थे गोरियां आनगियां, अंग्रेजां आनगियां, उन्होंने गल करनगे। उन्हें कनेडा चूज किया, परमजीत कौर, हरविंदर कौर, पूजा बेदी। यार कहता गलत तो नहीं हो गया, मैंने पासपोर्ट मिले, वीजा शायद नहीं मिले। बट फाइनली उन्होंने ना एक मैच होया ओलिवर के नाल। ना ही सुनो तुम ओलीवर, प्रॉपर अंग्रेजनी। ये भाई साहब उन्हें अंग्रेजी गल कर दिया, तो तुम्हें पता हाडे अर कहती अंग्रेजी कितना से। वो कह दी हाउ आर यू, कहता आई एम फ्रॉम अमृतसर। कहती व्हाट्स योर फेवरेट डिश, कहता नहीं हाडे घर केवल लगी है। हुण उन्हां दी गल्लां शुरू हो गई, वीडियो कॉल शुरू हो चुकी है। वो हाडा कल्चर पुछ रही है, तुहाडा कल्चर की है। ये दिवाली दस रहा, दिवाली का ऐसे सुना रहा। दिवाली इज वेरी गुड त्यौहार, एट नाइट था एंड समवन था, सवेरे इज कुत्ती क्लेश, सफाइया मम्मी ने कली वाला लाया। पर उन्होंने ना थोड़ा थोड़ा कल्चर च इंटरेस्ट आ गया। फिर इन्हें एक लाइव विआह दिखाया, उत्ते वो जिहड़ा कि उन्होंने लाड़ा घोड़े पर बैठा है, ये उहदी वीडियो दिखा रहा है। कहिंदी वाई उन घोड़ा, ये दस रहा है कि घोड़ा इज नॉर्मल, इफ एनी न्याणा घोड़े अगे ठा घोड़ा दगड़ दगड़ दगड़। उहदी इंग्लिश की सुधरनी ही, उहदी पंजाबी बड़ी सुधरनी। ये हैलो कहने तो पहले वह सत श्रीकाल कह दें। पर इन दोवों ना आपस प्यार हो गया, मतलब प्यार की विआह तक गल पहुँच गई है। एदी पी आर वट ते बही है, क्योंकि अगली ने कहता मैं तेरे नाल विआह करना, तो इन दोवों का विआह हो गया। एक बार क्लैप होनी चाहिए रॉबिन ओलिवर वास्ते। इनू तो कनेडा की पी आर की मिलनी ही, वह विआह करा के तरन तारण आ गई। हुण ओलिवर तो अमरजीत कौर है। Ladies and gentlemen, ਅਨੀ ਯਾਰ ਪੁੱਛੂ ਹੈ ਸਟਾਪ ਤੇ ਫਿਰ ਥੱਲੇ ਕਰ ਲੋ ਏਡੇ ਤੁਸੀਂ ਮਾਈਕਲ ਜੈਕਸਨ ਹਰ ਵਾਰ ਗੋਵੇਂ ਚੈੱਕ ਚੈੱਕ ਉਹ ਗਾਇਆ ਥੱਲੇ ਏਡਾ ਤੂੰ ਜਾਉਂ ਸੀ ਨਾ ਮਨੇ ਆ ਮੈਂ ਪੈਂਡੂ ਮੈਂ ਇਦਾਂ ਜੀਣਾ ਉਹ ਵੜਦੀ ਪੈਪਸੀ ਮੈਂ ਨਸੀ।